ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ ਦੀ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270-1917। ਅੱਜ ਦੀ ਵੀਡੀਓ ਵਿੱਚ ਝੋਟੀ ਤਾਜ਼ੀ ਸੂਈ ਵੀ ਸੇਲ ਆ, ਡਿਟੇਲ ਵੀਰ ਤੋਂ ਇਹਦੇ ਬਾਰੇ ਪੁੱਛਦੇ ਹਾਂ। ਓਕੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਕਾਲਾ ਪਿੰਡ ਮਹਿਲਪੁਰ ਦਾ ਜ਼ਿਲ੍ਹਾ ਬਰਨਾਲਾ। ਠੀਕ ਹੈ, ਮਹਿਲਕਲਾਂ ਤੋਂ ਆ ਗਿਆ 2.5-3 ਕਿਲੋਮੀਟਰ ਦੂਰ ਆ। ਅਤੇ ਮੋਬਾਈਲ ਨੰਬਰ ਆਪਣਾ ਜੀ 98-772-5148। ਜਿਹੜੇ ਆਪਾਂ ਝੋਟੀ ਦੇਖੀ ਜਾਂਦੇ, ਸੂਆ ਕਿਹੜਾ ਸੂਈ ਆ ਬਾਈ ਜੀ? ਠੀਕ ਹੈ, ਦੂਜਾ ਸੂਆ ਕੱਲ੍ਹ ਸੂਈ ਹੈ, ਹੈ ਨਾ? ਬੱਚਾ ਆ ਗਿਆ ਮੇਲ ਘਾਫ। ਸੋ ਦੇਖੋ, ਨਾੜੂਆ ਨਾਲ ਆ, ਜਿਵੇਂ ਕੋਈ ਸ਼ੱਕ ਨਹੀਂ ਕਰਨੀ, ਕੱਚਾ ਬੱਚਾ ਬਿਲਕੁਲ। ਅਤੇ ਸੂਆ ਸੂਈ ਆ ਰਹੀ ਨਾਲ ਦੂਜਾ। ਠੀਕ ਹੈ, ਇਹ ਆਪਾਂ ਲੋਕਲ ਆ ਜਾਂ ਬਾਹਰੋਂ ਆਈਏ ਆਪਣੇ ਕੋਲ? ਠੀਕ ਹੈ, ਅਤੇ ਦੇਣ ਹੋਗਾ ਦੂਜਾ ਸੂਈ ਨੂੰ, ਜੇਰ ਜੂਰ ਵਧੀਆ ਪੈ ਗਈ ਆਪਣੇ ਘਰੇ ਸੂਈ ਹੈ। ਠੀਕ ਹੈ, ਅਤੇ ਕਿੰਨਾ ਕੁ ਮਾਲਕਾਂ ਨੇ ਦੁੱਧ ਦੱਸਿਆ ਪਿਛਲੀ ਵਾਰ ਦਾ? ਪਲੂਣ ਦਾ 13-13.5 ਕਿਲੋ ਕਹਿੰਦੇ ਆਪਾਂ। ਮੈਂ ਇਹਦਾ ਚਗਾਠਾ ਏਡਾ ਦੇਖ ਕੇ ਕਹਿੰਦੇ 16-17, ਉਹ ਵੀ ਮੰਨ ਕੇ ਚਲੋ ਵੀ ਹਵਾ ਨੂੰ ਗੰਢਾ ਦੇਣ ਵਾਲੀ ਗੱਲ ਆਉਂਦੀ ਹੈ ਨਾ। ਅਤੇ ਕਹਿੰਦਾ ਭਾਵ ਜਾਇਦ ਕੀ ਹਵਾ ਨੇ, ਅਤੇ ਨਾੜਾ ਦੀ ਗੱਲ ਕਰੀਏ ਆਪਾਂ, ਨਾੜਾ ਵਗੈਰਾ ਚੰਗੀ ਆ, ਹੈ ਨਾ? ਅਤੇ ਵੀ ਕਿੰਨਾ ਕੁ ਦੁੱਧ ਪਾ ਦੂਗੀ ਝੋਟੀ ਇਹ? 15 ਕਿਲੋ। ਕਹਿੰਦਾ ਭਾਵੀ 14 ਕਿਲੋ ਮੰਨ ਕੇ ਲੈ ਲਏ ਬੰਦਾ। ਠੀਕ ਹੈ, ਅਤੇ ਰੇਟ ਦੀ ਇਹਦੀ ਗੱਲ ਕਰੀਏ ਆਪਾਂ। ਠੀਕ ਹੈ, ਠੀਕ ਹੈ, 33 ਦੀ 14 ਕਿਲੋ ਮੰਨ ਕੇ ਲੈ ਲਏ। ਸਭਰੋ ਬੱਚਾ ਵਗੈਰਾ ਦੇਖੋ ਵਧੀਆ ਚੜ੍ਹਦੇ ਆ, ਪਸਮਾ ਕੇ ਅਤੇ ਪਸਮਾ ਦੇਖੋ ਝੋਟੀ ਦਾ, ਚਾਰੇ ਥਾਂ ਨਿਖੜਵੇਂ ਸਾਫ਼ ਸੁਥਰੇ। ਅਤੇ ਧਾਰਾਂ ਪੈਂਦੇ ਮਾਰ ਕੇ ਦਿਖਾਉਂਦੇ ਹੁਣ। ਸਭਰੋ ਚਵਾਈ ਦੇਖੋ ਜੀ, ਕਿਆ ਵਾ ਤਾਂ ਮੋਟਾ ਮੋਟਾ ਚੋਣਾ, ਅਤੇ ਚਵਾਈ ਦੀ ਨਰਮ ਹੈ ਵੀਰੇ। ਓਕੇ ਜਾਵਾਂ, ਠੀਕ ਹੈ, ਕੋਈ ਭੂਰ ਸਰ ਲਾ ਨਹੀਂ, ਹੈ ਨਾ? ਅਤੇ ਮੂਹਰ ਲਸਣਾ 'ਚ ਹੋਰ ਮਾਰ ਦਿੱਤਾ ਰਾਏ। ਸੋ ਚਵਾਈ ਦੇਖੋ, ਬਿਲਕੁਲ ਨਰਮ ਚਵਾਈ ਦੀ ਆ, ਮੋਟਾ ਮੋਟਾ ਚੋਣਾ, ਕੋਈ ਭੂਰ ਸਰਨਾ ਨਹੀਂ, ਕੋਈ ਟੁੱਟਦੀ ਮੁੱਕਦੀ ਨਹੀਂ ਇਹ। ਅਤੇ 14 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ, ਇਹ ਟਾਰਗੇਟ ਲੇਵਾ, ਦੁੱਧ ਦਊਗੀ 14 ਕਿਲੋ। ਅਤੇ ਬਾਕੀ ਨਾੜਾ ਬਹੁਤ ਹਵਾ ਨੇ ਸੀਗੀਆਂ ਦੇ, ਸੋ ਨਾੜਾ ਨਹੀਂ, ਮੈਂ ਆਪਣੇ ਪਤਾ ਵੀ ਦੁੱਧ ਦੇ ਦਿੰਦੀ ਹੁੰਦੀ ਆ ਢੋਰ ਦੀ ਬਾਹਰ ਨੂੰ। ਸੋ ਵੀਰੋ, ਸਿੰਘ ਮੂੰਹ ਮੱਥਾ ਦੇਖੋ, ਕੁੰਡਾ ਸਿੰਘ ਆ, ਪੂਰੀ ਰਾਜੀ ਸਮੀ ਪੜੀ ਵੀ, ਫੁੱਲ ਬਾਡੀ ਵੇਟ ਵਾਲੀ, ਅਤੇ ਨਰਮ ਚਮੜੀ ਦੀ ਝੋਟੀ ਆ। ਦੂਜਾ ਸੂਆ ਸੂਈ ਸਵਾਈ 1,33,000 ਦੀ ਵੀਰ ਕਹਿੰਦਾ ਦੇਣੀ ਆ। ਅਤੇ ਮਾਨ ਤਨ ਮਾੜਾ ਮੋਟਾ ਹੋ ਜਾਓ, ਬੱਚਾ ਦੇਖੋ ਕੱਚਾ ਨਾੜੂ ਆ, ਜਮ੍ਹਾਂ ਨਾਲ ਆ, ਕੱਲ੍ਹ ਦੀ ਤਾਜ਼ੀ ਸੂਈ ਵੀ ਹਾਲੇ ਬੋਹੜੇ ਦੇ ਵਿੱਚ ਆ, ਅਤੇ ਹਾਲੇ ਵੀਰੇ ਸਾਫ਼ ਤਾਂ ਨਹੀਂ ਕਰੀ ਬੋਹੜੇ 'ਚ ਆਪਾਂ, ਠੀਕ ਹੈ, ਕਿਉਂਕਿ 3 ਦਿਨ ਪਸ਼ੂ ਜਾ ਕੇ ਲੇਵੇ ਤਾਂ ਸਾਫ਼ ਹੁੰਦਾ ਬੋਹੜੇ ਤੋਂ। ਅਤੇ ਬਾਕੀ ਪਤਲੇ ਕੁੰਬੜੇ ਦੀ ਜਮ੍ਹਾਂ ਚੰਗੀ ਝੋਟੀ ਆ, ਪਿੰਡ ਮਹਿਲ ਖੁਰਦ, ਜ਼ਿਲ੍ਹਾ ਬਰਨਾਲਾ। ਅਤੇ ਨੰਬਰ ਬੋਲ ਜੀ ਆਪਣਾ ਦੁਬਾਰੇ। ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ, ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖ ਲਈ